ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮੰਨੂ ਮੋੜ ਤੇ ਕਾਫੀ ਸਵਾਲ ਮੈਨੂੰ ਇੰਸਟਾਗ੍ਰam ਤੇ ਪੁੱਛੇ ਜਾ ਰਹੇ ਨੇ ਕਿ ਸਰ ਪੰਜਾਬ ਪੁਲਿਸ ਰਿਕਰੂਟਮੈਂਟ ਕਨਸਟੇਬਲ ਅਤੇ ਸਬ ਇੰਸਪੈਕਟਰ ਦੀ ਜਿਹੜੀ ਭਰਤੀ ਆਵੇਗੀ ਉਸ ਦੀ ਜਿਹੜੀ ਏਜ ਲਿਮਿਟ ਆ ਉਹ ਇਨਕਰੀਜ਼ ਹੋਣੀ ਚਾਹੀਦੀ ਆ ਦੇਖੋ ਦੋਸਤੋ ਉਮੀਦ ਤਾਂ ਹੈ ਨਹੀਂ ਕਿ ਇਸ ਦੀ ਏਜ ਲਿਮਿਟ 18 ਤੋਂ 30 ਸਾਲ ਤੱਕ ਹੋ ਜਾਵੇਗੀ ਪਰ ਆਪਾਂ ਜਸਟ ਟ੍ਰਾਈ ਕਰ ਸਕਦੇ ਆ ਤੇ ਇਹ ਟ੍ਰਾਈ ਉਦੋਂ ਕਾਮਯਾਬ ਹੋ ਸਕਦੀ ਆ ਜੇ ਡੇਲੀ 5-7000 ਜਣੇ ਲੋਕ ਟਵਿੱਟਰ ਤੇ ਆ ਕੇ ਪੰਜਾਬ ਪੁਲਿਸ ਦੀ ਆਫੀਸ਼ਲ ਟਵੀਟ ਅਕਾਊਂਟ ਹੈ ਉਸ ਤੇ ਟਵੀਟ ਕਰਨ ਐਂਡ ਪੰਜਾਬ ਸਰਕਾਰ ਦਾ ਜਿਹੜਾ ਆਫੀਸ਼ਲ ਪੇਜ ਹੈ ਟਵਿੱਟਰ ਤੇ ਉਸ ਤੇ ਵੀ ਟਵੀਟ ਕਰੇ ਤਾਂ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਸਕਦੀ ਹੈ ਤਾਂ ਦੋਸਤੋ ਇਸ ਪ੍ਰੋਬਲਮ ਦਾ ਹੱਲ ਕੱਢਣ ਲਈ ਮੈਂ ਵੀ ਟਵਿੱਟਰ ਜੁਆਇਨ ਕਰ ਲਿਆ ਹੈ ਤੇ ਆਲਰੇਡੀ ਚਾਰ ਜਣੇ ਮੈਂ ਫੋਲੋ ਵੀ ਕਰ ਲਏ ਨੇ ਹੁਣ ਜੇ ਤੁਹਾਨੂੰ ਸੋਲੂਸ਼ਨ ਚਾਹੀਦਾ ਇਸ ਗੱਲ ਦਾ ਤਾਂ ਆਜੋ ਟਵਿੱਟਰ ਤੇ ਤੁਸੀਂ ਵੀ ਤੇ ਇਹ ਮੇਰੀ ਆਈਡੀ ਹੈ @mannu_shalaish_mo ਇਸ ਆਈਡੀ ਤੇ ਮੈਨੂੰ ਫੋਲੋ ਕਰ ਲੋ ਤੇ ਮੈਂ ਆਲਰੇਡੀ ਇੱਕ ਟਵੀਟ ਵੀ ਕਰ ਦਿੱਤਾ ਹੈ ਜਿਹੜਾ ਕਿ ਪੰਜਾਬ ਡੀਜੀਪੀ ਦਿਨਕਰ ਗੁਪਤਾ ਦੇ ਆਫੀਸ਼ਲ ਪੇਜ ਤੇ ਸ਼ੋ ਹੋਵੇਗਾ ਹੁਣ ਤੁਹਾਨੂੰ ਟਵੀਟ ਦਿਖਾ ਦਿੰਨਾ ਮੈਂ ਕੀ ਕੀਤਾ ਦੀ ਰੇਟ ਪਾਉਣਾ ਤੁਸੀਂ ਸਭ ਤੋਂ ਪਹਿਲੇ ਡੀਜੀਪੀ ਪੰਜਾਬ ਪੁਲਿਸ ਤੇ ਇਹ ਇਹਨਾਂ ਦਾ ਆਫੀਸ਼ਲ ਪੇਜ ਆ ਜਿਹੜਾ ਐਡਰੈਸ ਹੈ ਤਾਂ ਪੰਜਾਬ ਪੁਲਿਸ ਡੀਜੀਪੀ ਨੂੰ ਰਿਕੁਐਸਟ ਕੀ ਕੀਤੀ ਹੈ ਪਲੀਜ਼ ਸਰ ਵੀ ਨੀਡ 18 ਤੋਂ 30 ਸਾਲ ਏਜ ਲਿਮਿਟ ਇਨ ਅਪਕਮਿੰਗ ਪੰਜਾਬ ਪੁਲਿਸ ਰਿਕਰੂਟਮੈਂਟ ਕਨਸਟੇਬਲ ਐਂਡ ਸਬ ਇੰਸਪੈਕਟਰ because due to covid 19 these vacancies are goes to late so many more candidates can't submit these vacancies cause of is limit ta is tarah eh hi apni problem hai jehdi eh punjab dgp dinkar gupta tak pahunch sakdi hai je delhi 5 7000 jane isi tarah tweet karan ge ta zarur onna nu notice hovega eh tweet te zarur reply karan ge ਹੁਣ ਦੋਸਤੋ ਤੁਸੀਂ ਟਵੀਟ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਟਵਿੱਟਰ ਪਲੇ ਸਟੋਰ ਵਿੱਚ ਜਾ ਕੇ ਇੰਸਟਾਲ ਕਰ ਲਓ ਆਪਣੇ ਮੋਬਾਈਲ ਵਿੱਚ ਤੇ ਇਸ ਤੇ ਆਈਡੀ ਬਣਾ ਕੇ ਇਸ ਨੂੰ ਓਪਨ ਕਰ ਲਓ ਤੇ ਉਸ ਤੋਂ ਬਾਅਦ ਉਹਨੂੰ ਇਸ ਤਰ੍ਹਾਂ ਦਾ ਪਲੱਸ ਦਾ ਆਈਕਨ ਦਿਖ ਰਿਹਾ ਹੋਵੇਗਾ ਇਸ ਤੇ ਆਪਾਂ ਦੋ ਵਾਰੀ ਕਲਿੱਕ ਕਰਾਂਗੇ ਤਾਂ ਇੱਕ ਆਪਾਂ ਨੂੰ ਕੋਲ ਟਾਈਪਿੰਗ ਕਰਨ ਲਈ ਇੱਕ ਬਾਕਸ ਓਪਨ ਹੋ ਜਾਵੇਗਾ ਤੇ ਦੀ ਰੇਟ ਜਿਵੇਂ ਮੈਂ ਇੱਥੇ ਲਿਖ ਲਿਆ ਇਸ ਤੋਂ ਬਾਅਦ ਆਪਾਂ ਪੰਜਾਬ ਪੁਲਿਸ ਲਿਖ ਲਾਂਗੇ ਇੱਥੇ ਤਾਂ ਨੀਚੇ ਆਪਾਂ ਸਕਰੋਲ ਕਰਾਂਗੇ ਜਦੋਂ ਜਦੋਂ ਆਪ ਜਦੋਂ ਲਿਖਾਂਗੇ ਤਾਂ ਡੀਜੀਪੀ ਪੰਜਾਬ ਪੁਲਿਸ ਦਾ ਆਫੀਸ਼ਲ ਜਿਹੜਾ ਕਿ ਟਵਿੱਟਰ ਦਾ ਜਿਹੜਾ ਪੇਜ ਆ ਉਹ ਆਪਣੇ ਸਾਹਮਣੇ ਓਪਨ ਹੋ ਜਾਂਦਾ ਹੈ ਜਿਸ ਤੇ ਬਲੂ ਟਿਕ ਲੱਗੀ ਹੁੰਦੀ ਹੈ ਦੋਸਤੋ ਉਹ ਵੈਰੀਫਾਈਡ ਅਕਾਊਂਟ ਹੁੰਦਾ ਹੈ ਕਈ ਫੇਕ ਅਕਾਊਂਟ ਵੀ ਹੁੰਦੇ ਨੇ ਤੇ ਯਾਦ ਰੱਖੋ ਜਿਨ੍ਹਾਂ ਤੇ ਬਲੂ ਟਿਕ ਲੱਗੀ ਹੋਈ ਆ ਪੰਜਾਬ ਡੀਜੀਪੀ ਪੁਲਿਸ ਤੇ ਆਪਾਂ ਬਲੂ ਟਿਕ ਦੇਖ ਸਕਦੇ ਆ ਉਹ ਆਪਾਂ ਦੀ ਰੇਟ ਨਾਲ ਅਟੈਚ ਕਰਨਾ ਹੈ ਜਿਵੇਂ ਮੈਂ ਇੱਥੇ ਕਰ ਦਿੱਤਾ ਇਸ ਤੋਂ ਬਾਅਦ ਚਾਹੋ ਤਾਂ ਤੁਸੀਂ ਪੰਜਾਬ ਸੀਐਮ ਦਾ ਪੇਜ ਵੀ ਇਸ ਤਰ੍ਹਾਂ ਨਾਲ ਅਟੈਚ ਕਰ ਸਕਦੇ ਹੋ ਜਿਵੇਂ ਕਿ ਇੱਥੇ ਮੈਂ ਜਿੰਨਾ ਜਿੰਨਾ ਤੱਕ ਆਪਣੀ ਗੱਲ ਆਪਣੀ ਪ੍ਰੋਬਲਮ ਪਹੁੰਚਾਉਣਾ ਚਾਹੁੰਦਾ ਉਹਨਾਂ ਦੇ ਸਾਰੇ ਇੱਥੇ ਐਡ ਦੀ ਰੀਡ ਵਿੱਚ ਮੈਂ ਪਾ ਕੇ ਜਿਹੜੀ ਨਾਮ ਮੈਂਸ਼ਨ ਕਰ ਦਿੱਤੇ ਨੇ ਹੁਣ ਇਸ ਤੋਂ ਬਾਅਦ ਕਿਹਾ ਮੈਂ ਆਪਣੀ ਪ੍ਰੋਬਲਮ ਇੱਥੇ ਲਿਖ ਦੇਵਾਂਗਾ ਤਾਂ ਜੋ ਵੀ ਪ੍ਰੋਬਲਮ ਸੀ ਉਹ ਮੈਂ ਆਲਰੇਡੀ ਕਾਪੀ ਕੀਤੀ ਹੋਈ ਹੈ ਤਾਂ ਇੱਥੇ ਮੈਂ ਪੇਸਟ ਕਰ ਦੇਵਾਂਗਾ ਹੁਣ ਜੇ ਤੁਸੀਂ ਚਾਹੋ ਤਾਂ ਤੁਹਾਡੇ ਮਨ ਵਿੱਚ ਕੋਈ ਹੋਰ ਤਰੀਕੇ ਨਾਲ ਇਹ ਪ੍ਰੋਬਲਮ ਉਹਨਾਂ ਨੂੰ ਸ਼ੇਅਰ ਕਰਨ ਦੀ ਇੱਛਾ ਹੈ ਤਾਂ ਤੁਸੀਂ ਉਹ ਲਿਖ ਸਕਦੇ ਹੋ ਜਾਂ ਜੋ ਮੈਂ ਇਸ ਟਵੀਟ ਵਿੱਚ ਲਿਖਿਆ ਜੇ ਇਹ ਸੇਮ ਕਾਪੀ ਕਰਨਾ ਤਾਂ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦੇਗਾ ਉੱਥੇ ਤੁਸੀਂ ਤੁਹਾਨੂੰ ਕਾਪੀ ਕਰਕੇ ਸੇਮ ਹੀ ਟਵੀਟ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਕਰਨਾ ਕੁਝ ਨਹੀਂ ਹੈ ਉੱਪਰ ਟਵੀਟ ਦਾ ਆਪਸ਼ਨ ਆਪਾਨੂੰ ਮਿਲ ਜਾਂਦਾ ਇਸ ਤੇ ਆਪਾਂ ਕਲਿੱਕ ਕਰ ਦਾਂਗੇ ਹੁਣ ਤੁਸੀਂ ਪ੍ਰੋਫਾਈਲ ਵਿੱਚ ਜਾ ਕੇ ਦੇਖ ਸਕਦੇ ਹੋ ਇਹ ਟਵੀਟ ਹੋ ਚੁੱਕਿਆ ਹੈ ਪਰ ਇੱਕ ਦੋ ਜਣੇ ਦੇ ਟਵੀਟ ਕਰਨ ਨਾਲ ਇਹ ਕੋਈ ਮਸਲਾ ਹੱਲ ਨਹੀਂ ਹੁੰਦਾ ਜੇ 5 7 10 15000 ਜਣੇ ਕਰਨਗੇ ਟਵੀਟ ਤਾਂ ਹੀ ਪੰਜਾਬ ਡੀਜੀਪੀ ਦਿਨਕਰ ਗੁਪਤਾ ਤੱਕ ਇਹ ਗੱਲ ਪਹੁੰਚੇਗੀ ਤੇ ਤਾਂ ਹੀ ਕੋਈ ਰਿਪਲਾਈ ਆਵੇਗਾ ਜਾਂ ਕੋਈ ਐਕਸ਼ਨ ਇਸ ਤੇ ਲੈ ਸਕਦੇ ਨੇ ਜੇ ਹੋਰ ਕੋਈ ਜਾਣਕਾਰੀ ਇਸ ਰਿਲੇਟਡ ਲੈਣਾ ਚਾਹੁੰਦੇ ਹੋ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇ ਨਾਲ ਗੱਲ ਕਰ ਸਕਦੇ ਹੋ ਅਣ ਵੀ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਨੂੰ ਪਰਫੈਕਟ ਬਣਾਉਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਕਾਫੀ ਕਲਾਸਸ ਮੈਂ ਆਲਰੇਡੀ ਆਪਣੇ ਚੈਨਲ ਤੇ ਅਪਲੋਡ ਕਰ ਚੁੱਕਿਆ ਹਾਂ ਜੇ ਇਹੇ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਓ